ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਖੜ੍ਹੇ ਹਾਂ ਜੀ ਅੰਮ੍ਰਿਤਸਰ ਦੇ ਵਿੱਚ, ਜਿੱਥੇ ਦੁਆਰ ਸਾਹਿਬ ਦੇ ਵਿੱਚ ਇੱਕ ਧਰਨਾ ਲੱਗਿਆ ਹੋਇਆ, ਇੱਕ ਮੋਰਚਾ ਲਾਇਆ ਹੋਇਆ, ਜੋ ਕਿ 328 ਸਰੂਪ ਹੈ ਜਿਹੜੇ ਮਹਾਰਾਜ ਦੇ ਗੁੰਮ ਹੋ ਗਏ ਨੇ, ਜਿਨ੍ਹਾਂ ਦਾ ਹੁਣ ਤੱਕ ਕੋਈ ਵੀ ਪਤਾ ਨਹੀਂ ਲੱਗਿਆ। ਉਹਦੇ ਲਈ ਸਿੱਖ ਜਥੇਬੰਦੀਆਂ ਵੱਲੋਂ ਇੱਕ ਧਰਨਾ ਲੱਗਿਆ ਗਿਆ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਉਸ ਜਥੇਬੰਦੀਆਂ ਦੇ ਮੁਖੀ ਹੈ ਜਿਹੜੇ, ਉਹਨਾਂ ਨਾਲ ਆਓ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਅੱਜ ਜਿਹੜਾ ਆਪਣਾ ਇਹ ਕਿੰਨੇ ਦਿਨਾਂ ਤੋਂ ਧਰਨਾ ਚੱਲ ਰਿਹਾ ਜੀ, ਹੁਣ ਤੱਕ ਆਪਾਂ ਨੂੰ ਕੀ ਰਿਸਪੋਂਸ ਮਿਲਿਆ ਉਹਦੇ ਬਾਰੇ ਸਾਨੂੰ ਦੱਸੋ। ਇਹ 32 ਦਿਨ ਹੋ ਗਿਆ ਜੀ ਅੱਜ, ਇੱਕ ਮਹੀਨਾ ਦੇ 2 ਦਿਨ ਹੋ ਗਿਆ। ਇਹ ਮੋਰਚੇ ਦੀਆਂ ਜਿਹੜੀਆਂ ਮੁੱਖ ਮੰਗਾਂ ਸਨ, ਇੱਕ ਮੇਨ ਜਿਹੜੀ ਸੀ ਕਿ FIR ਦਰਜ ਕਰਕੇ ਅਤੇ ਉਹਨਾਂ ਦੋਸ਼ੀਆਂ ਨੂੰ ਸਲਾਖਾਂ ਦੇ ਅੰਦਰ ਬੰਦ ਕੀਤਾ ਜਾਵੇ, ਜਿਨ੍ਹਾਂ ਨੇ ਬਹੁਤ ਵੱਡਾ ਅਪਰਾਧ ਕੀਤਾ, ਜਿਸ ਗੁਰੂ ਦਾ ਦਿੱਤਾ ਖਾ ਰਹੇ ਸੀ, ਉਸ ਗੁਰੂ ਨੂੰ ਪੈਸਿਆਂ ਦੀ ਖਾਤਰ ਮਹਿੰਗਾ, ਯਾਨੀ ਕਿ ਜਿੱਦਾਂ ਬਹੁਤੀ ਮਾਇਆ ਬਟੋਰ ਕੇ ਅਤੇ ਇਹਨਾਂ ਤੋਂ ਦੱਸੋ ਤੋਂ ਬਗੈਰ ਹੋਰ ਕਿਤੇ ਭੇਜ ਦਿੱਤੇ ਗਏ ਆ। ਉਹ ਨਾਲ ਆਉਂਦੇ ਕਿ ਇਹ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਦੇ ਕਹਿਣ 'ਤੇ ਹੀ ਦਿੱਤੇ ਆ। ਪ੍ਰਸ਼ਾਸਨ ਜਿਹੜੀ ਆ ਉਹ ਬਿਲਕੁਲ ਕੁੰਭ ਦੀ ਨੀਂਦੇ ਸੁੱਤੀ ਆ। ਜਦੋਂ ਅਸੀਂ ਪੁਲਿਸ ਨੂੰ ਤਨਖਾਹ ਦਿੰਦੇ ਹਾਂ ਕਿ ਗੁਰੂ ਸਾਰਿਆਂ ਦਾ ਵਾ, ਜੇ ਕਿਸੇ ਵੇਲੇ ਇੱਦਾਂ ਹੁੰਦਾ ਕਿ ਪੁੱਤ ਜਿਹੜਾ ਮਰਜ਼ੀ FIR ਦਰਜ ਕਰਾ ਸਕਦਾ, FIR ਦਰਜ, ਭਾਵੇਂ ਵੱਡਾ ਪੁੱਤ ਹੋਵੇ ਅਤੇ ਭਾਵੇਂ ਛੋਟਾ ਪੁੱਤ ਹੋਵੇ। ਵੱਡਾ ਬਾਹਰ ਗਿਆ ਵਾ, ਵੱਡਾ ਨਹੀਂ ਮੰਨਦਾ ਅਤੇ ਛੋਟਾ ਦਾ ਮੈਂ ਆਪਣੇ ਪਿਓ ਦਾ ਜਿਹੜਾ ਵਾ ਹਿਸਾਬ ਲੈਣਾ ਵਾ। ਇੱਦਾਂ ਹੀ FIR ਦਰਜ ਕਰਾਉਣ ਵਾਸਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦਿੱਤੀ ਆ, ਪਰ ਅਜੇ ਤੱਕ ਕੋਈ ਵੀ ਉਹਨਾਂ ਨੇ ਨਾ ਸਾਡੇ ਵੱਲੋਂ ਅਤੇ ਨਾ ਸ਼੍ਰੋਮਣੀ ਕਮੇਟੀ ਵੱਲੋਂ ਕੋਈ, ਜਿਹੜੇ ਉੱਚ ਅਧਿਕਾਰੀ ਜਿਹਨਾਂ ਨੇ 27 ਤਰੀਕ ਨੂੰ 9ਵੇਂ ਮਹੀਨੇ 'ਚ ਇੱਕ ਅੰਤਰ ਕਮੇਟੀ ਬਿਠਾ ਕੇ ਅਤੇ ਮੀਟਿੰਗ ਸੱਦ ਕੇ ਅਤੇ ਦੋਸ਼ੀਆਂ ਨੂੰ ਠਹਿਰਾਇਆ ਗਿਆ, ਉਹਦੇ 'ਚ 15 ਨੇ, 15 ਨਹੀਂ ਵੱਧ ਵਾ ਦਿੱਤੇ ਦੱਸੇ ਇਹਨਾਂ ਨੇ 15 ਵਾ। 15 ਦੇ ਵਿੱਚ ਜਿਹੜੇ ਆ ਉਹ ਹੈਗੇ, ਜਿਹਦੇ ਇੱਕ ਮਨਜੀਤ ਸਿੰਘ ਜੀ 71 ਅਤੇ ਪਹਿਲਾਂ ਅਵਤਾਰ ਸਿੰਘ ਮੱਕੜ ਦਾ PA ਰਿਹਾ ਵਾ, ਅਤੇ ਇੱਕ ਸਤਿੰਦਰ ਸਿੰਘ ਵਾ। ਇੱਦਾਂ ਜਿਹੜੇ 5 ਦੋਸ਼ੀ ਆ ਜਿਨ੍ਹਾਂ ਦੇ ਉੱਤੇ FIR ਦਰਜ ਕਰਨ ਵਾਸਤੇ ਕਿਹਾ ਗਿਆ ਵਾ, ਉਹ ਹੈਗੇ ਆ ਬਾਜ ਸਿੰਘ, ਈਸ਼ਵਰ ਸਿੰਘ, ਆਪਣੇ ਕਵਲਜੀਤ ਸਿੰਘ, ਦਲਬੀਰ ਸਿੰਘ ਅਤੇ ਗੁਰਬਚਨ ਸਿੰਘ, ਜੁਝਾਰ ਸਿੰਘ ਜੀ। ਇਹ 5 ਜਣਿਆਂ ਦੇ FIR ਦਰਜ ਕਰਨ ਵਾਸਤੇ ਜਿਹੜਾ ਵਾ ਉਹ ਇਹਨਾਂ ਨੇ ਮੀਡੀ ਵਿੱਚ ਦਿੱਤਾ, ਪਰ ਕੁਝ ਦਿਨਾਂ ਬਾਅਦ ਫੈਸਲਾ ਬਦਲ ਦਿੱਤਾ ਗਿਆ, ਜਿਸ ਨੇ ਜਿਹੜਾ ਇਹ ਕਹਿੰਦੇ ਆ ਕਿ ਸਾਨੂੰ ਬੁੱਧੀਜੀਵ ਆ, ਉਹ ਬੁੱਧੀਜੀਵ ਨਹੀਂ ਸੀ, ਉਹ ਘਟੀਆ ਸੋਚ ਵਾਲੇ ਬੰਦੇ ਜਿਨ੍ਹਾਂ ਨੇ ਇਹ ਗੱਲ ਕਹੀ ਆ। ਅਸੀਂ ਇਹਨਾਂ ਨੂੰ ਇਹ ਗੱਲ ਕਹੀ ਆ ਕਿ ਰਜਿੰਦਰ ਮਹਿਤਾ ਸਾਹਿਬ, ਕਿ ਜਿਹੜਾ ਤੁਸੀਂ ਛਿਆੜੇ ਥਾਣੇ 'ਚ 3 ਮਹੀਨੇ ਪਹਿਲਾਂ ਪਰਚਾ ਦਰਜ ਕਰਾਇਆ ਸੀ, ਉਹ ਪਰਚਾ ਦਰਜ ਉਹਨਾਂ ਨੇ ਗੁਟਕਾ ਸਾਹਿਬ ਦਾ ਨਰਾਦਰ ਕੀਤਾ ਅਤੇ 4G ਦੇ ਉੱਤੇ ਤੁਸੀਂ FIR ਦਰਜ ਕਰਾਈ ਸੀ ਛਿਆੜੇ ਥਾਣੇ ਦੇ ਵਿੱਚ, ਆ 2-3 ਮਹੀਨੇ ਹੋ ਗਏ ਆ, 3 ਮਹੀਨੇ ਹੋ ਗਏ ਆ। ਅਤੇ ਉਹ ਉਹਨਾਂ ਦੇ ਵਿੱਚ ਇੱਕ ਉਹਨਾਂ ਦੇ ਜਵਾਈ ਵੀ ਉਹ ਵਾਂਢੇ ਆਇਆ ਸੀ, ਅਤੇ ਪਤਾ ਨਹੀਂ ਪਾਠੀ ਸਿੰਘ, ਗ੍ਰੰਥੀ ਸਿੰਘ ਜੀ। ਤੁਸੀਂ ਉਹਨਾਂ 4 ਜਾਣਿਆਂ ਦੇ ਉੱਤੇ FIR ਦਰਜ ਕਰਵਾ ਦਿੱਤੀ ਗਈ, ਇਹਨਾਂ 'ਚ ਖੂਨ ਹੋਰ ਵਾ, ਅਤੇ ਜਾਂ ਸ੍ਰੀ ਅਕਾਲ ਤਖਤ ਜਥੇਦਾਰ ਨੂੰ ਕਹਿ ਕੇ ਕੋਈ ਇੱਦਾਂ ਦਾ ਸੰਦੇਸ਼ ਜਾਰੀ ਕਰਾ ਦਿਓ। ਤੁਹਾਡੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੇਨ ਅਹੁਦੇਦਾਰ ਆ ਇੱਥੇ ਇਸ ਟਾਈਮ, ਉਹਨਾਂ ਨਾਲ ਕੋਈ ਗੱਲਬਾਤ ਹੋਈ ਜੀ? ਜਿਹੜੇ ਅਹੁਦੇਦਾਰ ਵਾ ਇਹ, ਕਿਉਂਕਿ ਜਦੋਂ ਕੋਈ ਵੀ ਜਿੱਦਾਂ ਪਾਕਿਸਤਾਨ ਦੀ ਜਾਂ ਚੀਨਾਂ ਦੀ ਜੰਗ ਲੜਨ ਦੀ, ਉਹ ਟੇਬਲ 'ਤੇ ਬਹਿ ਕੇ ਗੱਲ ਹੋ ਜਾਂਦੀ ਆ। ਅਸੀਂ ਇਹਨਾਂ ਨਾਲ 2-3 ਔਰਾਂ ਜਿਹੜੇ ਬੈਠੇ ਸੀ, ਬਹਿ ਕੇ ਇਹਨਾਂ ਨਾਲ ਗੱਲ ਕੀਤੀ ਕਿ ਸਾਡੀਆਂ ਆਹ ਮੁੱਖ ਮੰਗਾਂ ਨੇ, ਇਹ ਮੁੱਖ ਮੰਗਾਂ ਜਿਹੜੀਆਂ ਉਹ ਇਹ ਗੁਰਬਾਣੀ ਦੇ ਸਤਿਕਾਰ ਹਿੱਤ ਵਾ। ਇਹ ਜਿਹੜੀ ਆਪਾਂ ਅੱਜ ਜਗ੍ਹਾ ਬੈਠੇ ਹਾਂ ਵੀ ਜਗ੍ਹਾ ਸ਼੍ਰੋਮਣੀ ਕਮੇਟੀ ਦੀ, ਇੱਥੇ ਇਹਨਾਂ ਨੇ ਤੁਹਾਨੂੰ ਤਾਂ ਧਰਨ ਲਾਉਣ ਦੀ ਆਗਿਆ ਦਿੱਤੀ ਸੀ? ਨਹੀਂ, ਉਹ ਧਰਨਾ ਇਹ ਕਦੀ ਨਹੀਂ ਕਹਿੰਦੇ ਲਾ ਲਿਓ। ਅੱਛਾ ਜੀ, ਧੱਕੇ ਨਾਲ ਲਾਇਆ? ਇਹ ਧੱਕੇ ਨਹੀਂ, ਧੱਕੇ ਨਾਲ ਨਹੀਂ, ਇਹ ਅਸੀਂ ਇਹਨਾਂ ਨੇ ਲਵਾਇਆ ਵਾ। ਅੱਛਾ ਜੀ, ਲਵਾਇਆ ਇੱਦਾਂ ਵਾ ਕਿ ਇਹਨਾਂ ਨੇ ਹੀ ਪਹਿਲਾਂ ਮੀਡੀਆ ਵਿੱਚ ਦੇ ਦਿੱਤਾ ਕਿ ਦੋਸ਼ੀਆਂ ਦੇ ਉੱਤੇ ਫੌਜਦਾਰੀ ਪਰਚੀ ਦਰਜ ਕਰਾਂਗੇ, ਅਤੇ ਉਸ ਤੋਂ ਬਾਅਦ ਇਹ ਉਹਨਾਂ ਫੌਜਦਾਰੀ ਪਰਚੀਆਂ ਕਰਨ ਤੋਂ ਭੱਜ ਰਹੇ ਆ, ਪਿੱਛੇ ਹਟ ਗਿਆ, ਜਿਸ ਕਾਰਨ ਇਹਨਾਂ ਨੇ ਇਹ ਮੋਰਚਾ ਲਵਾਇਆ, ਉਦੋਂ ਮੋਰਚਾ ਨਹੀਂ ਸੀ ਲੱਗਣਾ। ਫਿਰ ਮੋਰਚਾ ਗੁਰੂ ਸਾਹਿਬ ਨੇ ਕਿਰਪਾ ਕੀਤੀ, ਇਹਨਾਂ ਨੇ ਕਿਹਾ ਕਿ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਆ, ਸਾਰੇ ਬਾਬੇ ਸਾਡੀਆਂ ਗੱਲਾਂ ਬਾਦਲ ਪਰਿਵਾਰ ਦੀਆਂ ਮੰਨਦੇ ਨੇ, ਜੋ ਬਾਦਲ ਉਹਨਾਂ ਨੂੰ ਕਹਿੰਦਾ ਵਾ ਉਹ ਬਾਬੇ ਮੰਨਦੇ ਨੇ। ਹੁਣ ਇੱਥੇ ਆ ਰਿਹਾ ਵਾ ਕਿ ਜਿੱਦਾਂ ਸਤਿਗੁਰੂ ਜੀ ਪਰਖ ਕਰ ਰਿਹਾ ਕਿ ਕਿਹੜਾ ਕਿਹੜਾ
ਮੇਰੇ ਵਾਸਤੇ ਮੈਂ ਇੰਨਾ ਉਹਨਾਂ ਵਾਸਤੇ ਲੋਕਾਂ ਵਾਸਤੇ ਕੀਤਾ। ਆਪਾਂ ਨੂੰ ਸੰਗਤਾਂ ਵੱਲੋਂ ਕਿੰਨਾ ਕੁ ਸਹਿਯੋਗ ਮਿਲ ਚੁੱਕਾ ਸਾਰੇ ਪੰਜਾਬ ਦੇ ਵਿੱਚੋਂ ਕਿੱਥੋਂ? ਕਿਉਂਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਕਾਫੀ ਨੁਮਾਇੰਦੇ ਜਿੱਦਾਂ ਜਿਵੇਂ ਤਰਨਾ ਦਾਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਬਾਬਾ ਗੱਜਣ ਸਿੰਘ ਜੀ ਉਹ ਵੀ ਆਏ, ਉਹਨਾਂ ਨੇ ਇੱਕ ਦਿਨ ਇਹ ਲਾਇਆ ਸਾਨੂੰ ਵੀ, ਅਤੇ ਇੱਧਰੋਂ ਮਹਿੰਦਰ ਸਿੰਘ ਜੀ ਆਲੀ ਅਤੇ ਰਜਿੰਦਰ ਸਿੰਘ ਮਹਿਤਾ ਦੇ ਨਾਲ ਹੋਰ ਗਏ ਸਨ। ਉਹਨਾਂ ਨੇ ਡਟ ਕੇ ਗੱਲ ਕਹੀ ਇਹਨਾਂ ਨੂੰ ਕਿ ਤੁਸੀਂ ਚੋਰਾਂ ਦੀ ਮਦਦ ਕਰ ਰਹੇ ਜੇ, ਤੁਸੀਂ ਚੋਰਾਂ ਦੀ ਚੋਰਾਂ ਨੂੰ ਸ਼ਹਿ ਦੇ ਰਹੇ ਜੇ, ਜੇ ਉਹ ਚੋਰ ਆ ਬੰਦੇ ਤਾਂ ਉਹਨਾਂ ਦੇ FIR ਦਰਜ ਕਿਉਂ ਨਹੀਂ ਕਰਵਾਉਂਦੇ? FIR ਦਰਜ ਕਰਾਓ ਉਹਨਾਂ ਬੰਦਿਆਂ ਦੇ ਉੱਤੇ, ਅਤੇ ਇਹਨਾਂ ਨੂੰ ਉਠਾਉਣਾ ਸਾਡਾ ਕੰਮ ਰਹਿ ਗਿਆ, FIR ਦੀ ਕਾਪੀ ਦਿਓ। ਅਤੇ ਜਿਹੜੇ ਹੋਰ ਐਡੇ ਸਾਰੇ ਕਹਿੰਦਾ ਬਸੰਤ ਬੈਠੇ ਨੇ ਪੰਜਾਬ ਦੇ ਵਿੱਚ, ਐਡੇ ਐਡੇ ਵੱਡੇ ਡੇਰੇ ਬਣਾਈ ਬੈਠੇ ਆ, ਉਹ ਕਿਉਂ ਨਹੀਂ ਖੁੱਲ੍ਹ ਕੇ ਆ ਰਹੇ ਮੂਹਰੇ? ਇਹਨਾਂ 'ਤੇ ਉਹ ਕਿਆ ਡਰ ਆ ਉਹਨਾਂ ਨੂੰ ਕੋਈ ਕਿਸੇ ਚੀਜ਼ ਦਾ? ਇਹ ਤਾਂ ਉਹ ਦੱਸ ਸਕਦੇ ਆ, ਮੈਂ ਵੇਖ ਰਿਹਾ ਸੀ ਕਿ ਇੱਥੇ ਇੱਕ ਗਿਆਨੀ ਅਰਵਿੰਦ ਸਿੰਘ ਜੀ ਹੈੱਡ ਗ੍ਰੰਥੀ ਹੁਣ ਚਲੋ ਰਿਟਾਇਰ ਹੋ ਗਿਆ, ਸ੍ਰੀ ਅਕਾਲ ਤਖ਼ਤ ਸਾਹਿਬ ਵੀ ਰਹੇ ਆ, ਉਹ ਰੋਜ਼ਾਨਾ ਦੀ ਤਰ੍ਹਾਂ 2 ਘੰਟੇ ਹਾਜ਼ਰੀ ਭਰ ਕੇ ਜਾਂਦੇ ਆ। ਮੈਂ ਇਹ ਵੇਖ ਰਿਹਾ ਸੀ ਕਿ ਜਿਹੜਾ ਕੀਰਤਨੀਆ ਜਾਂ ਕੋਈ ਭਾਵੇਂ ਰਿਟਾਇਰ ਵੀ ਹੋ ਗਿਆ ਵਾ, ਉਹਨਾਂ ਨੇ ਆਪਣੇ ਬੱਚੇ ਇੱਥੇ ਯਾਨੀ ਕਿ ਨੌਕਰੀ 'ਤੇ ਰਖਾਏ ਹੋਏ ਆ, ਜੇਕਰ ਉਹ ਆ ਜਾਂਦਾ ਵਾ ਤਾਂ ਉਹਦੇ ਬੱਚਿਆਂ ਨੂੰ ਜਲੀਲ ਕੱਢ ਵੀ ਸਕਦੇ ਆ, ਜਲੀਲ ਕੀਤਾ ਜਾਂਦਾ। ਇਹ ਇੱਕ ਭਾਵ ਕਿ ਇਹਨਾਂ ਨੇ ਇੱਕ ਡਰਾ ਧਮਕਾ ਕੇ ਲੋਕਾਂ ਨੂੰ ਰੱਖਿਆ ਹੋਇਆ ਵਾ ਆਪਣੇ ਸਾਰੇ ਸਕੰਜੇ ਦੇ ਵਿੱਚ, ਕੋਈ ਬੋਲ ਨਹੀਂ ਸਕਦਾ ਇਹਨਾਂ ਦੇ ਗੱਡੀ। ਜਿਹੜਾ ਕੋਈ ਪਾਠੀ ਸਿੰਘ ਪੰਜਾਂ ਨੇ ਕੋਈ ਜਥੇਦਾਰ ਜਗਤਾਰ ਸਿੰਘ ਦੀ ਅਤੇ ਜਥੇਦਾਰ ਸ੍ਰੀ ਅਕਾਲ ਹਰਪ੍ਰੀਤ ਸਿੰਘ ਦੀ ਫੋਟੋ ਲਾ ਕੇ ਕੋਈ ਕਮੈਂਟ ਪਾਇਆ, ਪੰਜਾਂ ਜਾਣਿਆਂ ਨੂੰ ਥੋੜ੍ਹੇ ਦਿਨ ਹੋ ਗਏ, ਹਫ਼ਤਾ ਕੁ ਹੋਇਆ, ਪੰਜਾਂ ਜਾਣਿਆਂ ਨੂੰ ਦਫ਼ਤਰ 'ਚ ਬੁਲਾ ਕੇ ਕਿਹਾ ਕਿ ਮਾਫ਼ੀ ਮੰਗ ਲਓ, ਨਹੀਂ ਤਾਂ ਤੁਹਾਨੂੰ 1 ਸਾਲ ਵਾਸਤੇ ਇਹਦੇ ਡਿਊਟੀ ਕਰਨ ਨਹੀਂ ਦਿੱਤੀ ਜਾਵੇਗੀ। 3 ਜਾਣਿਆਂ ਨੇ ਮਾਫ਼ੀ ਮੰਗ ਲਈ, 2 ਨੇ ਨਹੀਂ ਮਾਫ਼ੀ ਮੰਗੀ, ਅਤੇ ਉਹਨਾਂ ਨੂੰ ਯਾਨੀ ਕਿ ਘਰ ਨੂੰ 1 ਸਾਲ ਵਾਸਤੇ। ਤੁਹਾਡੀ ਮਾਨ ਦਲ ਨਾਲ ਵੀ ਕੋਈ ਗੱਲਬਾਤ ਹੋਈ ਹੈ ਇਸ ਵਿਸ਼ੇ 'ਤੇ? ਸ਼੍ਰੀ ਸਿਮਰਜੀਤ ਸਿੰਘ ਮਾਨ ਜੀ ਨਹੀਂ ਜੀ, ਉਹਨਾਂ ਨੇ ਨਾ ਕੀਤੀ ਆ ਜੀ, ਅਤੇ ਨਾ ਉਹਨਾਂ ਨੇ ਅੱਜ ਤੱਕ ਇੱਥੇ ਆਣ ਕੇ, ਉਹਨਾਂ ਦੇ ਨਾ ਬੇਟਾ ਆਇਆ ਵਾ, ਆਏ ਜ਼ਰੂਰ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜੀ ਮੀਟਿੰਗ ਰੱਖੀ ਸੀ 17 ਤਰੀਕ ਨੂੰ, ਉਦੋਂ ਕਾਫੀ ਦਾਦੂਵਾਲ ਸਾਹਿਬ ਵੀ ਆਏ ਸੀ, ਉਹਨਾਂ ਦੀ ਹਿੰਮਤ ਨਹੀਂ ਪਈ ਕਿ ਮੋਰਚਾ ਲੱਗਾ ਵਾ ਅਤੇ ਆਪਾਂ ਇੱਥੇ ਜਾਈਏ, ਅਤੇ ਅਸੂ ਇਹ ਮੀਡੀਆ ਦੇ 'ਚ ਉਹਨੇ ਕਿਹਾ ਵਾ ਕਿ ਇਹ ਹੋਰ ਕੋਈ ਜਗ੍ਹਾ ਬਦਲੋ ਇਹਦੀ, ਭਾਵ ਕਿ ਮੋਰਚਾ ਨੂੰ ਉਠਾਉਣ ਵਾਸਤੇ ਉਹਨਾਂ ਨੇ ਮੀਡੀਆ 'ਚ ਗੱਲ ਕਹੀ। ਅਤੇ ਮੈਂ ਨਾਲ ਹੀ ਉਹਨਾਂ ਨੂੰ ਕਿਹਾ ਤੁਸੀਂ ਸਾਡੇ ਨਾਲ ਸਲਾਹ ਕੀਤੀ, ਤੁਸੀਂ ਵੇਖਾ ਮੋਰਚਾ ਕਿੱਥੇ ਲਾਇਆ, ਅਸੀਂ ਤਾਂ ਲਾਇਆ ਵਾ ਦਫ਼ਤਰ ਗਾੜੀ, ਅਸੀਂ ਕੋਈ ਬਕਰਮਾਂ 'ਚ ਨਹੀਂ ਲਾਇਆ, ਕੋਈ ਮੰਜੀ ਸਾਹਿਬ ਨਹੀਂ, ਮੋਰਚੇ ਲੱਗਦੇ ਆਏ, ਮੰਜੀ ਸਾਹਿਬ ਵੀ ਮੋਰਚੇ ਲੱਗੇ ਸੀ, ਦਰਬਾਰ ਸਾਹਿਬ ਦੀਆਂ ਬਕਰਮਾਂ ਦੇ ਵਿੱਚ ਵੀ ਮੋਰਚੇ ਲੱਗੇ ਸੀ। ਕਦੋਂ ਲੱਗੇ ਸੀ? ਜਦੋਂ ਮੂਰਤੀਆਂ ਰੱਖੀਆਂ ਗਈਆਂ, ਹਮੰਤਾਂ ਨੇ ਕਬਜ਼ੇ ਕਰ ਲਏ ਸਨ, ਅਤੇ ਦੇਹਧਾਰੀ ਡੰਮ ਚਲਾਉਣ ਲੱਗੇ ਸੀ ਇੱਥੇ ਹਰਿਮੰਦਰ ਸਾਹਿਬ ਦੇ, ਉਦੋਂ ਵੀ ਮੋਰਚੇ ਲੱਗੇ ਸੀ, ਮੋਰਚੇ ਲੱਗਦੇ ਆਏ ਆ, ਪਰ ਅਸੀਂ ਲਾਇਆ ਵਾ ਇਹਨਾਂ ਦੇ ਬਿਲਕੁਲ ਦਫ਼ਤਰ 'ਤੇ ਗਾੜੀ। ਸਾਡੀਆਂ ਇਹੋ ਮੁੱਖ ਮੰਗਾਂ ਨੇ ਕਿ ਉਹਨਾਂ ਦੇ ਉੱਤੇ ਦੋਸ਼ੀਆਂ ਦੇ ਉੱਤੇ FIR ਦਰਜ ਕਰਾਈ ਜਾਵੇ,